ਸਤਿ ਸ਼੍ਰੀ ਅਕਾਲ ਦੋਸਤੋ, ਕਿੱਦਾਂ ਜੀ ਸਾਰੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਦੋਸਤੋ, ਅੱਜ ਗੱਲ ਕਰਦੇ ਹਾਂ ਜਲਦੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਦੀ, ਜਿਸ ਫਿਲਮ ਨੂੰ ਡਾਇਰੈਕਟ ਕਰਿਆ ਜੀ ਗਿੱਪੀ ਗਰੇਵਾਲ ਨੇ, ਅਤੇ ਉਸ ਫਿਲਮ ਦਾ ਨਾਮ ਹੈ ਜੀ ਸ਼ਾਬਾਨੀ ਕਿਰਦਾਰੀ ਲਾਲ। ਹਾਂਜੀ, ਸ਼ਾਬਾਨੀ ਕਿਰਦਾਰੀ ਲਾਲ ਫਿਲਮ ਦੀ ਕਹਾਣੀ ਰਾਣਾ ਰਣਬੀਰ ਦੇ ਵੱਲੋਂ ਲਿਖੀ ਗਈ ਹੈ। ਤੇ ਹੁਣ ਗੱਲ ਕਰਦੇ ਹਾਂ ਫਿਲਮ ਦੀ ਸਟਾਰ ਕਾਸਟ ਬਾਰੇ। ਫਿਲਮ ਦੇ ਵਿੱਚ ਲੀਡ ਤੇ ਨਜ਼ਰ ਆਉਣਗੇ ਜੀ ਗਿੱਪੀ ਗਰੇਵਾਲ, ਨੀਰੂ ਬਾਜਵਾ, ਯਾਮੀ ਗੌਤਮ, ਸਰਦਾਰ ਸੋਹੀ, ਕਰਮਜੀਤ ਅਨਮੋਲ, ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ, ਹਿਮਾਂਸ਼ੀ ਖੁਰਾਨਾ, ਸਾਰਾ ਗੁਰਪਾਲ, ਪਾਇਲ ਰਾਜਪੂਤ, ਅਮਨ ਕੌਟਿਸ਼ ਅਤੇ ਹਨੀ ਮੱਟੂ। ਦੋਸਤੋ, ਇਹ ਫਿਲਮ ਸ਼ਾਬਾਨੀ ਗਿਰਧਾਰੀ ਲਾਲ ਇੱਕ ਕਾਮੇਡੀ ਡਰਾਮਾ ਫਿਲਮ ਹੈ, ਅਤੇ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਜੀ ਹੰਬਲ ਮੋਸ਼ਨ ਪਿਕਚਰ ਅਤੇ ਓਮ ਜੀ ਗਰੁੱਪ। ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਵਿਦ ਪੋਸਟਰ ਡੇਟ ਅਨਾਊਂਸ ਕਰ ਦਿੱਤੀ ਹੈ। 2 ਦਸੰਬਰ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਹੋਵੇਗਾ ਅਤੇ 17 ਦਸੰਬਰ ਨੂੰ ਇਹ ਫਿਲਮ ਸਾਰੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਦਰਸ਼ਕ ਇਸ ਫਿਲਮ ਨੂੰ ਕਿੰਨਾ ਪਿਆਰ ਦੇਣਗੇ। ਹੋਰ ਅਪਡੇਟ ਲਈ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਥੈਂਕ ਯੂ ਸੋ ਮੱਚ।